सिद्धू मूसेवाले ते करण औजला की जो आपसी कंट्रोवर्सी चलती सी वो किसी तो भी लुकी नहीं रही। तो यह भी खुलासा होया कि सिद्धू के कतल तो कुछ समय पहला दोनों गायकों की आपसी सुलह भी हो गई सी, पर हुण सिद्धू मूसेवाले के कतल मगरों फिर एक नवी कंट्रोवर्सी पखी हुई है, जिस एक पासे सिद्धू मूसेवाले के खास यार अवरीत सिद्धू ते दुपिंदर ग्रेवाल की करण औजला नाल कंट्रोवर्सी शुरू हो चुकी है। करीब एक महीना पहला अवरीत सिद्धू ते दुपिंदर ग्रेवाल ने एक लाइव के दौरान करण औजला के गीत मां बोल दियां बारे गल की सी। की गल हुई सी, नजर मारते हैं इस वीडियो ते। करण दा वी उहने सारा कुछ भुल के ठीक है भी करी गलबात होई, मैं करण नूं गलत नहीं कहता के भी, पर मैं गल की कहनी चाहना कि करण ने उदों ना सारे लोग ऐ हो गए भी सिद्धू बई दे गए तो करण ने ट्रिब्यूट दित्ता, करण ने ट्रिब्यूट की दित्ता भाई मैं तेरी मां बोल दियां, है ना भी सीरियस। हुण ओह गाणा पहला करण ने लिखिया, फिर करण औजले ने गाया, फिर वह गाना बनवाया, ते उस तो बाद लीक होया। लीक होया की कीता, मैं शरेआम कहना भाई लीक लीक कीता गया वह गाना करण औजले द्वारा, ना मैं तेरी मां बोल दी। ते जदों करण औजला वह गाना गा सकता, लिख सकता, लीक कर सकता, तो उन्हें आपदी आपदे चैनल ते गाना नहीं पाउंदा भाई। इस तो बाद हुण कुछ दिन पहला करण औजला दे वल्लों भी इस गल दा जवाब दिता गया। ਉਹਨਾਂ ਨੇ ਕੁਐਸਚਨ ਪੁੱਛਿਆ, ਕਹਿੰਦੇ ਸੀਰੀਅਸ ਕੁਐਸਚਨ, ਕਹਿੰਦੇ ਮਾਂ ਬੋਲਦੀ ਅਫੀਸ਼ਲੀ ਕਿਉਂ ਨਹੀਂ ਰਿਲੀਜ਼ ਹੋਇਆ। ਮੈਂ ਨਾ ਇੱਕ ਯਾਰ ਚਲੋ ਅੱਜ ਮੈਂ ਕਈ ਦਿਨ ਇੱਕ ਮੈਂ ਲਾਈਵ ਵੀ ਦੇਖਿਆ ਸੀ ਬਾਈ, ਆਪਣੇ ਕੋਈ ਵੀਰ ਭਰਾ ਸੀਗੇ ਦੋ ਜਾਣੇ ਬੈਠੇ ਗੱਲਾਂ ਕਰ ਰਹੇ ਸੀਗੇ ਵੀ ਬਾਈ ਯਾਰ ਆਏ ਹੋਇਆ ਆਏ ਹੋਇਆ ਵੀ ਕਰਨੇ ਆਉਣੀ, ਜਿਵੇਂ ਬਾਈ ਤਾਂ ਐਂਗਲ ਕਰ ਰਹੇ ਜਿਵੇਂ ਮੈਨੂੰ ਬਹੁਤ ਚਿਰ ਦਾ ਜਾਣਦਾ ਹੁੰਦਾ, ਚਲੋ ਕੋਈ ਡਿਸਰਿਸਪੈਕਟ ਨਹੀਂ ਹੈਗੀ, ਪਰ ਯਾਰ ਐਂ ਤੁਹਾਨੂੰ ਕਿਵੇਂ ਯਾਰ ਪਤਾ ਵੀ ਕਿਉਂ ਨਹੀਂ ਕੀ ਹੋਇਆ ਜਾਂ ਇਹਨਾਂ ਨੇ ਬਾਈ ਅਫੀਸ਼ਲੀ ਨਹੀਂ ਛੱਡਿਆ ਵੀ ਯਾਰ ਬਾਈ ਯਾਰ ਤੁਹਾਨੂੰ ਹੁਣ ਅਸੀਂ ਬਹਿ ਕੇ ਦੱਸੀਏ ਵੀਰ ਵੀ ਕੀ ਹੋਇਆ ਕੀ ਨਹੀਂ ਹੋਇਆ, ਅਸੀਂ ਨਹੀਂ ਆਪਦੇ ਚੈਨਲ ਤੇ ਪਾਏ, ਜੇ ਆਪਦੇ ਚੈਨਲ ਤੇ ਪਾਉਂਦੇ ਫਿਰ ਤੁਸੀਂ ਕਹਿਣਾ ਇਹਨਾਂ ਨੇ ਕਮਾਈ ਕਰਨ ਨੂੰ ਪਾ ਦਿੱਤਾ। ਉਹ ਜੇ ਵੀ ਪਤਾ ਯਾਰ ਹਰੇਕ ਬੰਦਾ ਬਾਈ ਫੁੱਦੂ ਹੀ ਥੋੜ੍ਹੀ ਹੁੰਦਾ ਯਾਰ, ਯਾਰ ਹੁਣ ਕਈ ਬੰਦਾ ਦਿਲੋਂ ਵੀ ਕਰ ਦਿੰਦੇ ਆ ਬਾਈ, ਤੁਸੀਂ ਜਾ ਕੇ ਵੀਰ ਪੁੱਛਿਓ ਨਾ ਜੇ ਤੁਹਾਡੇ ਇੰਨੀ ਲਿੰਕ ਨੇ, ਤੁਸੀਂ ਘਰਦਿਆਂ ਨੂੰ ਇੱਕ ਵਾਰੀ ਜਾ ਕੇ ਪੁੱਛਿਓ ਬਾਈ, ਸਭ ਤੋਂ ਪਹਿਲਾਂ ਮੈਂ ਗਾਣਾ ਘਰੀ ਭੇਜਿਆ ਸੀ, ਠੀਕ ਆ, ਤੇ ਉੱਥੇ ਹੀ ਬੰਦੇ ਸੀਗੇ ਜਿਨ੍ਹਾਂ ਦੇ ਕੋਲ ਗਾਣਾ ਸੀਗਾ, ਉੱਥੋਂ ਹੀ ਨਹੀਂ ਮੈਨੂੰ ਪਤਾ ਕਿਹਨੇ ਬਾਈ ਛੱਡਿਆ ਕਿਹਨੇ ਨਹੀਂ, ਪਤਾ ਨਹੀਂ ਤੁਸੀਂ ਕਜ਼ਨ ਹੋ ਬਾਈ ਦੇ, ਪਤਾ ਨਹੀਂ ਤੁਸੀਂ ਉਦਾਂ ਫਰੈਂਡ ਹੋ, ਤੁਹਾਨੂੰ ਇੰਨੀ ਜਾਣਕਾਰੀ ਹੈ, ਤੁਸੀਂ ਇੱਕ ਵਾਰੀ ਮਾੜਾ ਜਿਹਾ ਘਰੇ ਵੀ ਫੋਨ ਲਾ ਕੇ ਪੁੱਛ ਲਿਓ ਉੱਤੇ ਵੀ ਬਾਈ ਜੀ ਵੀ ਕਰਨੇ ਗਾਣਾ ਸਭ ਤੋਂ ਪਹਿਲਾਂ ਇੱਥੇ ਭੇਜਿਆ ਸੀ। ਸਹੀ ਆ, ਸਾਰਿਆਂ ਨੂੰ ਦੁੱਖ ਆ ਬਾਈ, ਹਰੇਕ ਬੰਦਾ ਕੋਈ ਹੁੰਦੇ ਆ 100 ਚੋਂ 20%, ਪਰ ਕਿਸੇ ਬੰਦੇ ਨੂੰ ਦਿਲੋਂ ਵੀ ਹੋ ਸਕਦਾ ਯਾਰ, ਤੁਹਾਨੂੰ ਕਿਵੇਂ ਪਤਾ ਵੀ ਨਹੀਂ ਹੈਗਾ ਯਾਰ, ਤੁਸੀਂ ਮੈਨੂੰ ਦੱਸੋ ਜੇ ਤੁਸੀਂ ਕਹਿ ਰਹੇ ਹੋ ਵੀ ਦਿਲੋਂ ਨਹੀਂ ਆ, ਪਰ ਅਸੀਂ ਕਹਿ ਰਹੇ ਹਾਂ ਵੀ ਦਿਲੋਂ ਆ। ਕਰਨ ਔਜਲਾ ਦੇ ਇਸ ਜਵਾਬ ਦੇ ਮਗਰੋਂ ਅਵਰੀਤ ਸਿੱਧੂ ਦੇ ਵੱਲੋਂ ਹੁਣ ਇੱਕ ਪੋਸਟ ਪਾਈ ਗਈ ਹੈ, ਜਿਸ 'ਚ ਕਰਨ ਔਜਲਾ ਬਾਰੇ ਸਿੱਧਾ ਲਿਖਿਆ ਗਿਆ ਹੈ ਕਿ ਉਹ ਬਿਸ਼ਨੋਈ ਗਰੁੱਪ ਦੇ ਨਾਲ ਗੱਲ ਕਰਦਾ ਹੈ। ਨਜ਼ਰ ਮਾਰਦੇ ਹਾਂ ਪੋਸਟ 'ਤੇ ਕੀ ਲਿਖਿਆ ਹੈ। ਬਹੁਤ ਬੰਦੇ ਕਹਿ ਰਹੇ ਬਾਈ ਕਰਨ ਨੇ ਜਵਾਬ ਦਿੱਤਾ, ਪਹਿਲੀ ਗੱਲ ਉਸ ਦੇ ਲਈ ਕੋਈ ਹਿੱਟ ਨਹੀਂ, ਹਾਂ ਇੱਕ ਗੱਲ ਕਹਿਣੀ ਵੀ ਗਾਣਾ ਤਾਂ ਮੈਨੂੰ ਪਤਾ ਤੂੰ ਲਾਡੀ ਕੰਗੜ ਨੂੰ ਭੇਜਿਆ ਸੀ, ਮੇਰੇ ਕੋਲ ਵੀ ਸੀ ਗਾਣਾ 21/6/22 ਦਾ ਸੀ, ਸਭ ਗੱਲਾਂ ਛੱਡ, ਗਾਣਾ ਕੀਤਾ ਜਾਂ ਨਹੀਂ ਕੀਤਾ, ਜੋ ਤੂੰ ਆਪਣੇ ਚੈਨਲ 'ਤੇ ਕਰਦਾ ਬਿਨਾਂ ਕਮਾਈ ਤੋਂ ਲੋਕਾਂ ਨੇ ਚੰਗਾ ਹੀ ਕਹਿਣਾ ਸੀ, ਬਾਕੀ ਹੁਣ ਵੀ ਜੇ ਇੰਨਾ ਦੁੱਖ ਹੈ ਸਾਰਿਆਂ ਨੂੰ ਸਾਡੇ ਭਰਾ ਦਾ ਤਾਂ ਬਾਈ ਇੱਕ ਪੋਸਟ ਪਾਓ, ਨਹੀਂ ਇਹ ਸਭ ਚੀਜ਼ਾਂ ਛੱਡ ਦਿਓ, ਇੱਕ ਪੋਸਟ ਜਸਟਿਸ ਫੋਰ ਸਿੱਧੂ ਮੂਸੇਵਾਲਾ, ਤੈਨੂੰ ਪੁੱਛਿਆ ਤਾਂ ਕਾਲੀ ਸ਼ੂਟਰ ਵਾਲੀ ਵੀਡੀਓ ਬਾਰੇ ਸੀ, ਉਸ ਦਾ ਵੀ ਦੇ ਦਿੰਦਾ ਜਵਾਬ, ਬਾਕੀ ਜੇ ਸਾਡੀ ਗੱਲ ਦਾ ਜਵਾਬ ਦੇ ਸਕਦਾ ਸੀ ਇੱਕ ਵਾਰ ਸਿੱਧੂ ਬਾਈ ਦੇ ਇਨਸਾਫ ਲਈ ਬੋਲ ਦਿੰਦਾ। ਹਾਂ ਇਸ ਦੀ ਗੱਲ ਹੋਈ ਸੀ, ਸਿੱਧੂ ਬਾਈ UK ਸੀ ਉਸ ਟਾਈਮ, ਉਹ ਟਾਈਮ ਹੋਈ ਸੀ, ਪਰ ਇਹ ਜੇ ਲਾਈਵ ਵਿੱਚ ਜਵਾਬ ਦੇ ਸਕਦਾ ਤਾਂ ਕੁਝ ਗੱਲਾਂ ਨੇ, ਜੇ ਇਹ ਜਵਾਬ ਦੇ ਦਿਓ ਤਾਂ ਮੈਨੂੰ ਦੱਸ ਦੇਵਾਂ, ਜਨਤਕ ਲੋਕਾਂ ਸਾਹਮਣੇ ਮੈਂ ਸਾਬਿਤ ਕਰਦਾ ਵੀ ਹਜੇ ਵੀ ਗੱਲਾਂ ਕਰਦਾ ਬਿਸ਼ਨੋਈ ਦੇ ਬੰਦਿਆਂ ਨਾਲ, ਜੇ ਇਹ ਕਹਿੰਦਾ ਨਹੀਂ ਕਰਦਾ ਤਾਂ ਦੱਸ ਬਾਈ ਮੈਂ ਇਹਨੂੰ ਨਫ਼ਰਤ ਨਹੀਂ ਕਰਦਾ, ਬਸ ਇਹ ਗੱਲਾਂ ਗੋਲਮੋਲ ਕਰ ਜਾਂਦਾ ਲਾਈਵ ਵਿੱਚ, ਸਾਡੇ ਬਾਰੇ ਬੋਲ ਕੇ ਬਾਅਦ ਵਿੱਚ ਇੱਕ ਚੀਜ਼ ਕਹਿ ਦਿੰਦਾ ਵੀ ਇਨਸਾਫ ਮਿਲਣਾ ਚਾਹੀਦਾ, ਮੂੰਹ ਵਿੱਚੋਂ ਬੋਲਣਾ ਹੀ ਸੀ, ਬਾਕੀ ਕੰਮ ਕਰ ਬਾਈ ਆਪਣਾ, ਬਸ ਕੱਲ੍ਹ ਵਾਲੀ ਗੱਲ ਦਾ ਜਵਾਬ ਦੇਵੀਂ, ਹੁਣ ਤੇਰੇ ਲਿੰਕ ਮੰਨ ਲਈਏ ਅਸੀਂ ਜੇ ਤੂੰ ਇਹ ਗੱਲ ਬਾਰੇ ਨਾ ਬੋਲਿਆ ਕੁਝ। ਇਸ ਵਿੱਚ ਜਿਸ ਗੈਂਗਸਟਰ ਕਾਲੀ ਸ਼ੂਟਰ ਦੀ ਗੱਲ ਕੀਤੀ ਗਈ ਹੈ ਉਹ ਲੋਰੈਂਸ ਬਿਸ਼ਨੋਈ ਦਾ ਖਾਸ ਹੈ, ਅਤੇ ਸਿੱਧਾ ਸਿੱਧਾ ਕਰਨ ਔਜਲਾ 'ਤੇ ਇਹ ਇਲਜ਼ਾਮ ਲਾਇਆ ਗਿਆ ਹੈ ਕਿ ਉਹ ਬਿਸ਼ਨੋਈ ਗਰੁੱਪ ਦੇ ਨਾਲ ਗੱਲ ਕਰਦਾ ਹੈ। ਹਾਲਾਂਕਿ ਇਹ ਜੋ ਵੀਡੀਓ ਵਾਇਰਲ ਹੋਈ ਸੀ ਇਸ 'ਚ ਇੱਕ ਪਾਸੇ ਕਾਲੀ ਸ਼ੂਟਰ ਨਜ਼ਰ ਆ ਰਿਹਾ ਹੈ ਅਤੇ ਦੂਜੇ ਪਾਸੇ ਮੂੰਹ 'ਤੇ ਮਾਸਕ ਪਾ ਕੇ ਗੱਲ ਕਰਨ ਵਾਲੇ ਨੂੰ ਕਰਨ ਔਜਲਾ ਦੱਸਿਆ ਜਾ ਰਿਹਾ ਹੈ, ਜੋ ਕਿ ਲੱਗ ਵੀ ਰਿਹਾ ਹੈ। ਬਾਕੀ ਇਹਨਾਂ ਪਿੱਛੇ ਦੇ ਕੀ ਭੇਦ ਨੇ ਹੁਣ ਇਹ ਸਮੇਂ ਨਾਲ ਹੀ ਸਮਝਿਆ ਸਕਦੇ ਨੇ। ਬਾਕੀ ਤੁਹਾਨੂੰ ਇਸ ਮਸਲੇ ਬਾਰੇ ਕੀ ਲੱਗਦਾ ਹੈ ਆਪਣੀ ਸੋਚ ਕਮੈਂਟਸ ਰਾਹੀਂ ਜ਼ਰੂਰ ਸਾਂਝੀ ਕਰਿਓ, ਅਤੇ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ, ਉਦੋਂ ਤੱਕ ਜੁੜੇ ਰਹੋ ਚੈਨਲ PMA ਨਿਊਜ਼ ਦੇ ਨਾਲ।